ਉਹ ਮੈਂ ਕਿਹਾ ਟਰੰਪ ਸਾਹਿਬ ਉਹ ਤੁਸੀਂ ਤੇ ਅਮਰੀਕਾ ਹੁੰਦੇ ਹੋ ਤੇ ਇੱਥੇ ਲਾਹੌਰ 'ਚ ਕਿੱਥੇ ਕੁਲਫੀਆਂ ਲਾ ਲਈਆਂ ਜੇ ਕਿੱਧਰ ਹਾਲਾਤ ਖਰਾਬ ਹੋ ਗਏ ਨੇ ਹੈਂ ਸਦਾਰਤ ਤੋਂ ਕੀ ਉਸੀ ਉਤਰੇ ਹਾਂ ਤਾਂ ਖਾ ਕੀ ਹੋਵੇ ਉਹ ਸਦਾਰਤ ਤੋਂ ਉਤਰੇ ਹੋ ਤਾਂ ਖੁਆਰ ਹੋ ਗਏ ਹੋ ਬਸ ਜਿੰਨੀ ਦੇਰ ਤੱਕ ਬੰਦਾ ਸਦਰ ਰਵੇ ਨਾ ਉਨੀ ਦੇਰ ਤੱਕ ਸਲੂਟਾਂ ਨੇ ਬਾਅਦ ਵਿੱਚ ਫਿਰ ਕੁਲਫੀਆਂ ਹੀ ਨੇ ਕੁਲਫੀ ਕਿੰਨੇ ਦੀ ਦੇ ਰਹੇ ਹੋ ਡਾਲਰਾਂ ਚ ਦੱਸਾਂ ਤਾਂ ਰੁਪਈਆਂ ਚ ਆਹਾ ਹਾ ਹਾ ਮੈਂ ਤੇ ਕਹਿੰਦਾ ਰੁਪਈਆਂ ਚ ਦੱਸ ਦਿਓ ਡਾਲਰ ਤੇ ਵੇਖੇ ਆ ਮਾਨ ਨਾਲ ਮੁੱਤਾਂ ਗੁਜ਼ਰ ਗਈ ਆ ਤੁਸੀਂ ਤੇ ਇਹੋ ਜਿਹਾ ਕਬਜ਼ਾ ਡਾਲਰ ਤੇ ਕੀਤਾ ਵੇ ਅਸੀਂ ਤਾਂ ਬਿਲਕੁਲ ਹੀ ਫਾਕ ਹੋ ਗਏ ਆ ਜਨਾਬ ਇਹ ਰੁਪਈਆਂ ਚ ਦੱਸੋ ਖੋਏ ਆਹਲੀ ਆ ਇਹ ਦੱਸਾਂ ਵਾਲੀ ਵਿਆਰੀ ਦੀਆਂ ਨਹੀਂ ਖੋਏ ਆਲੀ ਮਲਾਈ ਆਲੀ ਵਾਹ ਜੀ ਵਾਹ ਬਹੁਤ ਅੱਛੇ ਲੋ ਜੀ ਇਹ ਕੁਲਫੀ ਤੇ ਦੱਸਾਂ ਵੀ ਵਾਲੀ ਤੀਆਂ ਵਾਲੀ ਲੱਕੜ ਦੀ ਕੁਲਫੀ ਕਿੰਨੇ ਦੀ ਦਿੱਤੀ ਜੇ ਇਹ ਕੁਲਫੀ ਉਦਾਂ ਹੀ ਲਾ ਜਾ ਪੱਟ ਕੇ ਅੱਛਾ ਚਲੋ ਠੀਕ ਹੋ ਗਿਆ ਇਹ ਕੁਲਫੀ ਦੇ ਵਿੱਚ ਪਾਉਂਦੇ ਕੀ ਹੋ ਇਹ ਖੋਇਆ ਪਾ ਕੇ ਮੱਖਣ ਪਾ ਕੇ ਬਦਾਮ ਪਾ ਕੇ ਇਹ ਖੋਏ ਵਾਹ ਜੀ ਵਾਹ ਓਏ ਸਾਨੂੰ ਤੇ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਐਡੇ ਸੁਰੀਲੇ ਹੋ ਟਰੰਪ ਸਾਹਿਬ ਇਹ ਮਲੀਨਾ ਨੂੰ ਕੀ ਗਾਣੇ ਸੁਣਾ ਕੇ ਫਸਾਇਆ ਸੀ ਜੇ ਹਾਂਜੀ ਉਹਨੂੰ ਕੁਲਫੀ ਦੀ ਆਵਾਜ਼ ਲਾ ਕੇ ਸੁਣਾਈ ਸੀ ਇਹਦਾ ਮਤਲਬ ਹੈ ਮਲੀਨਾ ਤੁਹਾਡੇ ਨਾਲ ਇੰਜ ਸੈੱਟ ਹੋਈ ਏ ਫਿਰ ਤੁਹਾਡਾ ਵਿਆਹ ਹੋਇਆ ਜਿਵੇਂ ਕੁਲਫੀ ਤੀਹ ਸੈੱਟ ਹੁੰਦੀ ਹੈ ਅੱਛਾ ਮਲੀਨਾ ਨੂੰ ਮਨਾਉਣ ਵਾਸਤੇ ਕੋਈ ਮਹੀਨਾ ਕਿਤੇ ਲੱਗ ਗਿਆ ਹੋਣਾ ਤੁਹਾਡਾ ਨਹੀਂ ਜੀ ਦੋ ਕੁਲਫੀਆਂ ਲੱਗੀਆਂ ਦੋ ਕੁਲਫੀਆਂ ਆਹਾ ਹਾ 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 ਅੱਛਾ ਦੋ ਕੁਲਫੀਆਂ ਲੱਗੀਆਂ ਕੁਲਫੀਆਂ ਲੱਗੀਆਂ ਦੋ ਮੰਨ ਗਈ ਮੰਨ ਗਈ ਵਾਹ ਜੀ ਵਾਹ ਅੱਛਾ ਜਦੋਂ ਮੱਖਣ ਕੱਢਣਾ ਹੋਵੇ ਤੇ ਚਾਟੀ ਮਲੀਨਾ ਰੜਕਦੀ ਹੈ ਕਦੀ ਮਲੀਮਾ ਤੇ ਕਦੀ ਬੰਕਾ ਨਸੀਬ ਖੁੱਲ ਗਏ ਨੇ ਮੈਂ ਅੱਜ ਤੁਹਾਨੂੰ ਇੰਜ ਨਹੀਂ ਜਾਣ ਦੇਣਾ ਤੁਹਾਨੂੰ ਕੁਛ ਖਾਣਾ ਪੀਣਾ ਪਏਗਾ ਆਓ ਆਓ ਇਹ ਦੇਖੋ ਘਰ ਰੋਟੀ ਖਾਂਦੇ ਆ ਸਾਰੇ ਖਾਣੇ ਦਾ ਪੁੱਛੇ ਜਾਂਦੇ ਕੋਈ ਪੀਣ ਵਾਸਤੇ ਵੀ ਅੱਛਾ ਤੇ ਦੱਸੋ ਕੀ ਪੀਓਗੇ ਚਾਹ ਪੀ ਲਓ ਉਹ ਸਿਰ ਦਿਲ ਸੜਦਾ ਕਲੇਜਾ ਸੜਦਾ ਅੱਛਾ ਕੀ ਪੀਣਾ ਜੇ ਕੋਈ ਠੰਡੀ ਜੀ ਸ਼ਾਇਦ ਸਾਨੂੰ ਪਿਆਓ ਠੰਡੀ ਚੀਜ਼ ਤੇ ਫਿਰ ਸੱਤੂ ਪਿਆ ਦੇਈਏ ਉਹ ਮੈਂ ਬਜਰੀ ਕੁੱਟਣੀ ਹੈ ਕੋਈ ਨਹੀਂ ਨਹੀਂ ਬਜਰੀ ਕੁੱਟਣ ਵਾਲੀ ਗੱਲ ਹੁੰਦੀ ਹੈ ਭਾਅ ਜੀ ਜੇ ਤੁਹਾਨੂੰ ਬਜਰੀ ਸਹੀ ਕੁੱਟਣੀ ਆਉਂਦੀ ਹੁੰਦੀ ਤਾਂ ਮਲੀਨਾ ਤਾਂ ਨਾ ਤੁਹਾਨੂੰ ਛੱਡਦੀ ਉਹਨੂੰ ਕਿਧਰੇ ਪਤਾ ਲੱਗ ਗਿਆ ਕਿ ਤੁਹਾਡੇ ਸੱਤੂ ਮੁੱਕ ਗਏ ਨੇ ਪੀ ਲਓ ਸੱਤੂ ਨਹੀਂ ਫਿਰ ਦੱਸੋ ਕੀ ਪੀਣਾ ਜੇ ਕੋਈ ਕੌੜੀ ਸ਼ਾਇ ਪਿਆਓ ਤੇ ਫਿਰ ਨਿੰਮ ਉਬਾਲ ਕੇ ਉਹਦਾ ਪਾਣੀ ਨਿਚੋੜਦੇ ਆ ਉਹ ਮੈਨੂੰ ਕੋਈ ਪੇਤਲ ਨਿਕਲੀ ਫੋੜੇ ਨਿਕਲੇ ਮੈਨੂੰ ਫੋੜੇ ਤੇ ਨਹੀਂ ਲੇਕਿਨ ਤੁਸੀਂ ਵਾਈਟ ਹਾਊਸ ਚੋਂ ਨਾ ਬੜਾ ਜ਼ਲੀਲ ਹੋ ਕੇ ਨਿਕਲੇ ਹੋ ਅੱਛਾ ਤੇ ਮੈਂ ਕੀ ਪੀਓਗੇ ਜੇ ਕੋਈ ਪੀ ਕੇ ਮੈਨੂੰ ਸਰੂਰ ਆ ਜਾਵੇ ਅੱਛਾ ਸਰੂਰ ਮੈਂ ਸਮਝ ਗਿਆ ਇਹ ਪਾਕਿਸਤਾਨ ਹੈ ਇੱਥੇ ਲੋਕੀ ਨਾ ਲੁਕ ਕੇ ਸਰੂਰ ਲੈਂਦੇ ਨੇ ਹਾਂ ਜੇ ਤੁਸੀਂ ਹਲਕਾ ਜੀ ਇੰਜ ਕਰਕੇ ਜ਼ਰਾ ਆਉਣਾ ਤੇ ਤੁਹਾਨੂੰ ਪੇੜਿਆਂ ਵਾਲੀ ਲੱਸੀ ਪਿਆ ਦਿੰਦੇ ਆ ਹਾਏ ਹਾਏ ਕੀ ਮਜ਼ਾ ਆਏਗਾ ਪੇੜੇ ਵਾਲੀ ਲੱਸੀ ਪੀ ਕੇ ਤੁਸੀਂ ਜਦੋਂ ਮੰਜੇ ਦੇ ਉੱਤੇ ਸੁੱਤੇ ਹੋਵੋਗੇ ਹਰ ਬੰਦਾ ਲੰਘਦਾ ਵੇਖ ਕੇ ਤੁਹਾਨੂੰ ਕਹੇਗਾ ਯਾਰ ਵਾਹ ਰੇ ਵਾਹ ਲੱਸੀ ਨੇ ਲੱਸੀ ਪੀ ਲਈ ਟਰੰਪ ਸਾਹਿਬ ਮੈਂ ਤੁਹਾਨੂੰ ਰੋਟੀ ਖਾਇਓ ਬਗੈਰ ਨਹੀਂ ਜੇ ਜਾਣ ਦੇਣਾ ਆਓ ਆਓ ਬਿਸਮਿਲ੍ਲਾ ਤਸ਼ਰੀਫ ਲਿਆਓ ਜਨਾਬ ਜੀ ਬਿਸਮਿਲ੍ਲਾ ਕਰੋ ਐਲੋ ਟਰੰਪ ਸਾਹਿਬ ਖਾਣਾ ਅੱਛਾ ਟਰੰਪ ਸਾਹਿਬ ਮੈਨੂੰ ਇਹ ਦੱਸੋ ਹਾਂਜੀ ਹਾਂਜੀ ਕਿ ਫਿਲਮਾਂ ਸ਼ਿਲਮਾਂ ਪਾਕਿਸਤਾਨੀ ਵੇਖਦੇ ਹੋ ਹਾਂਜੀ ਵੇਖਦੇ ਹਾਂ ਅੱਛਾ ਕਿਹੜਾ ਐਕਟਰ ਪਸੰਦ ਜੇ ਬਾਬਾ ਰਾਈ ਸਾਹਿਬ ਅੱਛਾ ਬਾਬਾ ਰਾਈ ਹਾਂਜੀ ਅੱਛਾ ਅੰਜਮਨ ਵਗੈਰਾ ਅੱਛਾ ਬਾਬਾ ਰਾਈ ਸਰਕਾਰ ਅਤੇ ਅੰਜਮਨ ਵਗੈਰਾ ਹਾਂਜੀ ਵਗੈਰਾ ਅੱਛਾ ਨਹੀਂ ਇਹ ਵਗੈਰਾ ਕੀ ਹੁੰਦਾ ਹੈ ਅੰਜਮਨ ਤੇ ਆਇਆ ਗੈਰਾ ਨੱਥੂ ਖੈਰਾ ਉਹ ਤਾਂ ਕਿਸੇ ਨੂੰ ਘਾਏ ਨਹੀਂ ਸੀ ਪਾਉਂਦੀ ਸੁਣਿਆ ਤੁਹਾਨੂੰ ਸੋਹਣੀ ਲੱਗਦੀ ਸੀ ਅੰਜਮਨ ਹਾਂਜੀ ਸੋਹਣੀ ਲੱਗਦੀ ਅੱਲਾ ਦੀ ਕਸਮ ਹੈ ਗਾਣਾ ਹੀ ਗਾਉਣੀ ਬੇ ਸੋਹਣੇ ਦੇ ਆ ਕੰਗਣਾ ਸਭ ਦਾ ਇੱਕੋ ਜਿਹਾ ਆਹੋ ਉੱਥੇ ਬੜੀ ਸੋਹਣੀ ਲੱਗਦੀ ਹਾਏ ਕਦੀ ਇੰਜ ਦਿਲ ਕੀਤਾ ਕਿ ਟਰੰਪ ਸਾਹਿਬ ਕਿ ਵੀ ਮੇਰਾ ਅੰਜਮਨ ਨਾਲ ਕਿਧਰੇ ਵਿਆਹ ਹੋ ਜਾਂਦਾ ਜਾਂ ਨੀਲੀ ਨਾਲ ਸ਼ਾਦੀ ਹੋ ਜਾਂਦੀ ਮੈਂ ਸੋਚਿਆ ਤਾਂ ਨਹੀਂ ਕਦੀ ਇਹਨੂੰ ਖਿਆਲ ਜੇ ਆਇਆ ਹੋਵੇ ਹਾਂਜੀ ਖਿਆਲ ਤਾਂ ਹਰ ਬੰਦੇ ਨੂੰ ਆਉਂਦਾ ਜੀ ਰੱਬ ਨੂੰ ਵੀ ਖਿਆਲ ਆ ਸਕਦਾ ਠੀਕ ਹੈ ਜੀ ਟਰੰਪ ਨੇ ਅੱਗੇ ਕਿਹੜਾ ਘੱਟ ਕੀਤੀ ਅੱਛਾ ਬਚਪਨ ਦੇ ਇਸ਼ਕ ਹੋਇਆ ਕਦੀ ਕਿਸੇ ਨਾਲ
ਬਚਪਨ ਚ ਇਸ਼ਕ ਹੋਇਆ? ਹਾਂ, ਨਰਗਸ ਨਾਲ ਹੋਇਆ। ਅੱਛਾ ਜੀ। ਹਾਂਜੀ, ਉਹ ਸਦਕੇ ਜਾਵਾਂ। ਫੇਰ ਬਸ ਕੁਛ ਮਿਲਿਆ ਮੁੜਿਆ ਨਹੀਂ, ਮੁਲਾਕਾਤ ਨਹੀਂ ਹੋਈ ਉਹਨਾਂ। ਬੜੀ ਮਾੜੀ ਗੱਲ ਹੈ। ਲੋ ਜੀ, ਤੁਹਾਡੀ ਆਵਾਜ਼ ਤਾਂ ਸੁਣੀ ਹੈ ਕੁਲਫੀ, ਜਿਸ ਤੁਸੀਂ ਸੁਰ ਦੇ ਵਿੱਚ ਵੇਚਦੇ ਹੋ, ਇਸ ਤੋਂ ਇਲਾਵਾ ਵੀ ਗਾਣੇ ਸ਼ਾਣੇ? ਹਾਂ, ਡੋਕ ਬੋਲ ਸੁਣਾਉਂਦਾ ਜੀ ਮੈਂ। ਮੈਂ ਕਹਿੰਦਾ ਸੁਣਾਓ। ਵਾਹ ਵਾਹ। ਪਹਿਲੀ ਵਾਰੀ ਅੱਜ ਉਹਨਾਂ ਅੱਖੀਆਂ ਨੇ ਤੱਕਿਆ, ਇਹੋ ਜਿਹਾ ਤੱਕਿਆ ਤੇ ਹਾਏ ਮਾਰ ਸਿੱਟਿਆ, ਹਾਏ ਮਾਰ ਸਿੱਟਿਆ, ਇਹੋ ਜਿਹਾ ਤੱਕਿਆ ਕਿ ਹਾਏ ਮਾਰ ਸਿੱਟਿਆ। ਅੱਛਾ, ਮੈਡਮ ਨੂਰਜਾਨ ਦਾ ਵੀ ਕੋਈ ਗਾਣਾ? ਮੈਡਮ ਨੂਰਜਾਨ, ਮੈਡਮ ਨੂਰਜਾਨ ਦਾ ਗਾਣਾ ਵੀ ਪੰਜਾਬੀ ਕੋਈ, ਜਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਹੋਵੇ? ਹਾਂ, ਬਸ ਦੋ ਬੋਲ ਸੁਣਾ। ਹਾਂ, ਦੋ ਬੋਲ ਹੀ ਮੈਂ ਕਿਹੜਾ, ਉਹ ਨਵੀਆਂ ਕਾਪੀਆਂ ਮੰਗਾਈਆਂ ਜਿਹੜਾ ਪੂਰਾ ਹੀ ਸੁਣਾ ਮੈਂ। ਤੱਕ ਚੰਨ ਪਿਆ ਜਾਂਦਾ ਹਾਏ, ਤੱਕ ਚੰਨ ਪਿਆ ਜਾਂਦਾ, ਵੇਖ ਵੇਖ ਮੇਰੇ ਚੰਨ ਨੂੰ ਬਿਆ ਮੁਖੜਾ ਛਪਾਉਂਦਾ, ਤੱਕ ਚੰਨ ਪਿਆ ਜਾਂਦਾ। ਇੱਕ ਹੈ ਮੀ, ਇੱਕ ਕਰਕੇ ਬਹਾਨੇ ਅਸਾਂ ਰਾਤ ਸਾਰੀ ਟਾਲੀ, ਹਾਂ ਕਰਕੇ ਬਹਾਨੇ ਅਸਾਂ ਰਾਤ ਸਾਰੀ ਟਾਲੀ, ਚੰਨਾ ਕਦੋਂ ਆਵੇਗਾ ਸਵੇਰ ਹੋਣ ਵਾਲੀ, ਕਰਕੇ ਬਹਾਨੇ ਅਸਾਂ ਰਾਤ ਸਾਰੀ ਟਾਲੀ। ਵਾਹ ਜੀ ਵਾਹ, ਵਾਹ ਵਾਹ, ਮਜ਼ਾ ਆ ਗਿਆ। ਲੋ ਫਿਰ ਜਾਂਦਿਆਂ ਜਾਂਦਿਆਂ ਇੱਕੋ ਜਿਹੜੇ ਕੁਲਫੀ ਵਾਲੇ ਸੁਰ ਨੇ, ਜਿਸਲੇ ਮੈਂ ਤੁਹਾਡੀ ਵੀਡੀਓ ਵੇਖੀ, ਉਹ ਅੱਜ ਤੱਕ ਕੰਨਾਂ 'ਚ ਰਸ ਘੋਲ ਰਹੇ ਨੇ, ਉਹ ਕੁਲਫੀ ਵਾਲੇ ਜ਼ਰਾ ਦੋ ਬੋਲ ਸੁਣਾ। ਇਹ ਕੁਲਫੀ 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 ਕੁਲਫੀ, ਇਹ ਖੋਇਆ ਪਾ ਕੇ ਮੱਖਣ ਪਾ ਕੇ, ਹਾਂ ਖੋਏ ਹਾਂ ਨਹੀਂ, ਇਹ ਖੋਏ ਹਾਲੀ, ਇਹ ਮਲਾਈ ਵਾਲੀ, ਇਹ ਬਦਾਮ ਵਾਲੀ। ਵਾਹ 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 ਵਾਹ। ਲਓ ਜੀ ਟਰੰਪ ਸਾਹਿਬ, ਇਹ ਇੱਕ ਮੁਹੱਬਤ ਬੜਾ ਇੱਕ ਆਪਣੇ ਹੱਥੀਂ ਲੁਕਮਾ, ਅੱਲਾ ਤੁਹਾਡੀ ਖੈਰ ਕਰੇ। ਬਹੁਤ ਮਜ਼ਾ ਆਇਆ।